ਗੁੱਤ ਵੀ ਨੀ ਬੰਨਣੀ ਆਉਂਦੀ ਉਹਨੂੰ ਵਿਚਾਰੀ ਨੂੰ, ਉਹ ਕੀ ਕਰੂਗੀ ਜਦ ਆਪਦੇ ਵਾਲ ਵੀ ਨੀ ਵਾਹ ਸਕਦੀ। ਜਨਾਨੀ ਦੇ ਤਾਂ ਸਿਰ ਨੀ ਕਰਨ ਦਾ, ਅਸਲੀ ਜਨਾਨੀ ਸਿਰ ਕਰੂਗੀ, ਸਿਰ ਦਾ ਡਿਜ਼ਾਇਨ ਕਰੂਗੀ। ਠੀਕ ਹੈ ਜੀ। ਹਾਂਜੀ, ਡਿਜ਼ਾਇਨ ਵੀ ਕਿਸੇ ਨੂੰ ਕਰਨਾ ਆਉਂਦਾ, ਸੁਰਮਾ ਹਰ ਕੋਈ ਪਾਉਂਦਾ ਪਰ ਮਟਕਾਉਣਾ ਨਹੀਂ ਆਉਂਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਸੁਰਮਾ ਹਰੇਕ ਕੋਈ ਪਾਉਂਦਾ ਪਰ ਮਟਕਾਉਣਾ ਕਿਸੇ ਕਿਸੇ ਨਹੀਂ ਆਉਂਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਸਰਪ੍ਰੀਤ ਸਿੰਘ ਖੁੰਡ ਪੈਂਚ ਚੱਲ ਤੋਂ। ਬਾਈ ਅੱਜ ਆਪਾਂ ਪਹੁੰਚੇ ਹਾਂ ਬੱਕਰੀਆਂ ਦੀ ਮੰਡੀ 'ਤੇ, ਤੁਹਾਨੂੰ ਸੁਣਾਉਂਦੇ ਹਾਂ ਰਾਜੂ ਦਰਾਲ ਦੀਆਂ ਗੱਲਾਂ ਅਤੇ ਦਿਖਾਉਂਦੇ ਹਾਂ ਸੌਦੇ ਕਿਵੇਂ ਹੁੰਦੇ ਆ ਬੱਕਰੀਆਂ ਦੇ। ਠੀਕ ਆ, ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ, ਆਪਾਂ ਸਾਰਾ ਮੇਲਾ ਦਿਖਾਵਾਂਗੇ ਤੁਰ ਫਿਰ ਕੇ। ਠੀਕ ਹੈ, ਜੇ ਕੋਈ ਤੁਹਾਡੇ ਪਸੰਦ ਆਉਂਦੇ ਆ ਜ਼ਰੂਰ ਦੱਸਿਓ, ਅਤੇ ਬਾਕੀ ਤੁਹਾਨੂੰ ਇੱਕ ਸਵਾਲ ਵੀ ਪੁੱਛਿਆ ਬਾਈ ਜੀ ਨੇ ਆ ਵੀਡੀਓ ਦੇ ਵਿੱਚ, ਉਹਦਾ ਆਨਸਰ ਵੀ ਜ਼ਰੂਰ ਦਿਓ। ਆਹ ਬਾਈ ਜੀ ਆਪਾਂ ਨੂੰ ਮਿਲੇ ਆ, ਠੀਕ ਆ, ਆਹ ਬਾਈ ਜੀ ਉਹਨਾਂ ਦਾ ਚੈਨਲ ਆ, ਠੀਕ ਆ, ਸਬਸਕ੍ਰਾਈਬ ਕਰ ਲਿਓ। ਠੀਕ ਆ, ਸਾਰੇ ਭਰਾ ਚੈਨਲ ਬੋਲ ਦਿਓ ਆਪਣਾ ਜੀ। ਹਾਂਜੀ, ਕਿੰਗਰਾ ਡੈਰੀ ਫਾਰਮ, ਕਿੰਗਰਾ ਡੈਰੀ ਫਾਰਮ ਚੈਨਲ ਆ, ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਹਾਂਜੀ, ਫੋਨ ਨੰਬਰ ਹੈਗਾ 95016 34323। ਠੀਕ ਹੈ ਜੀ, ਕੰਟੈਕਟ ਕਰ ਸਕਦੇ ਹੋ। ਹਾਂਜੀ, ਅਤੇ ਵੀਡੀਓ ਜ਼ਰੂਰ ਦੇਖੋ, ਲਾਈਕ ਕਮੈਂਟ ਸ਼ੇਅਰ ਕਰਨਾ ਭੁੱਲਿਓ। ਸਭ ਤੋਂ ਪਹਿਲਾਂ ਕਰੋ ਚੈਨਲ ਸਬਸਕ੍ਰਾਈਬ, ਠੀਕ ਆ, ਖੁੰਡ ਪੰਜਾਬ ਦੇ, ਅਤੇ ਬਣੇ ਰਹੇ ਵੀਡੀਓ ਦੇ ਨਾਲ। ਥੈਂਕ ਯੂ ਸੋ ਮਚ, ਆ ਜਾਓ ਜੀ। ਰਾਜੂ ਦਰਾਲ ਮਹਾ ਅੱਜ ਮਿਲ ਕੇ ਆਉਣੇ ਆ, ਸਪੈਸ਼ਲ ਟਾਈਮ ਕੱਢਿਆ ਤੁਹਾਡੇ ਲਈ, ਤੁਹਾਡੀ ਬੋਲੀ ਸੁਣਨੇ ਆ ਅੱਜ ਅਸੀਂ, ਸੁਣਾ ਦਾਂਗੇ ਬੋਲੀਆਂ। ਕਦੋਂ ਕਲਾਉਣੇ ਫਿਰ ਦੱਸੋ ਆਪਾਂ, ਜਾਂ ਕੋਈ ਸੌਦਾ ਹੋਇਆ? ਸੌਦਾ ਫਿਰ ਮਾਰੋ ਸੌਦਾ, ਆਪਾਂ ਤੁਹਾਡਾ ਕਰੀਏ। ਬਹੁਤ ਘੈਂਟ ਬੰਦਾ ਜੀ, ਬਹੁਤ ਘੈਂਟ ਦੇ, ਖੁਸ਼ ਦੇ ਰਹਾ ਪੂਰਾ ਹੈ ਆਹ ਮੁੰਡੇ ਸਾਨੂੰ, ਇਹਨੂੰ ਇਹ ਤੁਹਾਨੂੰ ਜਾਣਦਾ ਕਹਿੰਦਾ, ਮੈਂ ਬਹੁਤ ਵਾਰੀ ਦੇਖਿਆ ਬਾਈ, ਮੈਂ ਬੱਚੇ ਨੂੰ ਜਾਣਦਾ ਨਹੀਂ ਕਿਹੜੇ ਪਿੰਡ ਦਾ, ਇਹ ਢੱਡੇ ਪਿੰਡ ਦਾ ਜੀ, ਢੱਡੇ ਪਿੰਡ ਦਾ, ਇਹ ਸਪੈਸ਼ਲ ਮੁੱਛਾਂ ਦਾ ਕੰਮ ਆ, ਮੁੰਡਾ ਮੁੱਛਾਂ ਬੰਨਦਾ ਬੰਦੇ ਨੂੰ, ਹਰੇਕ ਬੰਨਣਾ, ਮੁੱਛ ਬੰਨਣੀ ਬਹੁਤ ਔਖੀ ਆ, ਗੱਲ ਸੁਣ ਲਓ ਰਾਜੂ ਬਾਈ ਦੀ। ਹਾਂ, ਮੁੱਛ ਬੰਨਣੀ ਔਖੀ ਆ ਤੇ ਗੁੱਤ ਬੰਨਣੀ ਵੀ ਔਖੀ ਆ। ਕਿਆ ਬਾਤ ਆ ਜੀ, ਗੱਲਾਂ ਮੈਂ ਕਹਿੰਦਾ, ਜਨਾਨੀ ਗੁੱਤ ਨੂੰ ਬੰਨੂਗੀ? ਅੱਛਾ ਜੀ, ਜਿਹੜੀ ਉੱਡਰ ਪੁੱਡਰ ਜੀ ਜਨਾਨੀ, ਉਹ ਤਾਂ ਗੁੱਤ ਵੀ ਨੀ ਬੰਨਣੀ ਆਉਂਦੀ ਉਹਨੂੰ ਵਿਚਾਰੀ ਨੂੰ, ਉਹ ਕੀ ਕਰੂਗੀ ਜਦ ਆਪਦੇ ਵਾਲ ਵੀ ਨੀ ਵਾਹ ਸਕਦੀ। ਹਰੇਕ ਜਨਾਨੀ ਦੇ ਤਾਂ ਸਿਰ ਨੀ ਕਰਨ ਦਾ, ਅਸਲੀ ਜਨਾਨੀ ਸਿਰ ਕਰੂਗੀ, ਸਿਰ ਦਾ ਡਿਜ਼ਾਇਨ ਕਰੂਗੀ। ਠੀਕ ਹੈ ਜੀ। ਹਾਂਜੀ, ਡਿਜ਼ਾਇਨ ਵੀ ਕਿਸੇ ਨੂੰ ਕਰਨਾ ਆਉਂਦਾ, ਸੁਰਮਾ ਹਰ ਕੋਈ ਪਾਉਂਦਾ ਪਰ ਮਟਕਾਉਣਾ ਨਹੀਂ ਆਉਂਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਸੁਰਮਾ ਹਰੇਕ ਕੋਈ ਪਾਉਂਦਾ ਪਰ ਮਟਕਾਉਣਾ ਕਿਸੇ ਕਿਸੇ ਨਹੀਂ ਆਉਂਦਾ। ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਹੁੰਦੇ ਆ ਬਾਈ ਇੱਥੇ, ਪੱਠਾ ਲੈ ਕੇ ਆਪਦਾ, ਹੈ ਨਾ, ਕੋਈ ਵੀ ਮਤਲਬ ਕੋਈ ਆਪਦਾ ਉਹ ਆ ਮੇਮਣਾ ਮੂਣਾ ਸਾਰੇ ਲੈ ਕੇ ਆਉਂਦੇ ਆ ਵਿੱਚ ਆਉਂਦੇ। ਸਤਿ ਸ਼੍ਰੀ ਅਕਾਲ ਅੰਕਲ ਜੀ, ਹੋ ਠੀਕ ਹੋ? ਠੀਕ ਹੈ। ਕਿਹੜੇ ਪਿੰਡ ਆਇਆ ਜੀ? ਭਾਈ ਰੂਪੇ ਤੋਂ। ਭਾਈ ਰੂਪੇ ਤੋਂ, ਕਿਵੇਂ, ਬੱਕਰੀ ਬੁੱਕਰੀ ਖਰੀਦਣਾ ਹੋ? ਨਹੀਂ, ਮੇਰਾ ਆਪਦਾ ਚੈਨਲ ਆ। ਆਪਦਾ ਚੈਨਲ ਆ ਕਿਹੜਾ ਜੀ? ਕਿੰਗਰਾ ਡੈਰੀ ਫਾਰਮ। ਆਹੇ, ਕਿੰਗਰਾ ਡੈਰੀ ਫਾਰਮ ਚੈਨਲ ਵਾਲੇ ਇਕੱਠੇ ਹੋ ਗਏ ਅੱਜ ਤਾਂ, ਹੈ ਜੀ। ਹਾਂਜੀ ਹਾਂਜੀ, ਆਪਣਾ ਚੈਨਲ ਆ ਖੁੰਡ ਪੰਜਾਬ ਦੇ ਜੀ। ਖੁੰਡ ਪੰਜਾਬ ਦੇ ਜੀ, ਸਾਰੀਆਂ ਕਲਚਰ ਵਾਲੀਆਂ ਵੀਡੀਓ ਪਾਉਣੇ ਆਪਾਂ, ਵਧੀਆ ਵਧੀਆ ਚੀਜ਼ਾਂ ਪਾਉਣੀਆਂ, ਇਨਫੋਰਮੇਸ਼ਨ ਵਾਲੀਆਂ। ਸਬਸਕ੍ਰਾਈਬ ਹੁਣੇ ਸਬਸਕ੍ਰਾਈਬ ਕਰ ਲਓ ਜੀ। ਕਹਿੰਦਾ ਮੈਂ ਭਾਬੀ ਤੇਰਾ ਤਾਇਆ। ਮੈਂ ਭਾਬੀ ਤੇਰਾ ਤਾਇਆ। ਕਹਿੰਦੀ ਬਹਿ ਜਾ ਜੀਜਾ। ਬਹਿ ਜਾ ਜੀਜਾ। ਕਹਿੰਦਾ ਜਾਂਦੇ ਆ ਭੂਆ। ਜਾਂਦੇ ਆ ਭੂਆ। ਆਹ ਤੁਹਾਡਾ ਸਵਾਲ ਆ ਜੀ, ਜਿਹੜਾ ਕੋਈ ਜਿਹਦਾ ਜਵਾਬ ਦੇ ਗਿਆ ਕਮੈਂਟਾਂ ਚ, ਉਹਨੂੰ ਸਪੈਸ਼ਲ ਨਾਮ ਦੇਵਾਂਗੇ। ਤੁਹਾਡਾ ਨਾਂ ਕੀ ਹੈ ਜੀ?
ਮੈਨੂੰ ਖਾਣ ਕਹਿੰਦੇ ਆ ਜੀ ਮੰਡੀ ਚ, ਖਾਣ ਮੰਡੀ ਚ ਪਿੰਡ ਪਿੱਥੋ ਰਹਿਸ ਰਾਮਪੁਰਾਪੁਰ, ਪਿੰਡ ਪਿੱਥੋ ਰਹਿਸ ਰਾਮਪੁਰਾਪੁਰ। ਆ ਸਵਾਲ ਤੁਹਾਡਾ ਪਾ ਦਿਆਂਗੇ ਆਪਾਂ, ਜਿਹੜਾ ਜਵਾਬ ਦੇਗਾ ਸਪੈਸ਼ਲ ਨਾਮ ਆ ਬਾਈ ਨੂੰ। ਠੀਕ ਆ ਜੀ ਰਾਜੂ ਜੀ, ਤੁਸੀਂ ਗਵਾਹ ਹੋ? ਮੈਂ ਗਵਾਹ ਜੀ, ਕੰਚ ਦਾ ਗਲਾਸ ਦੇ ਦਾਂਗੇ। ਕਿਆ ਬਾਤ ਆ ਜੀ, ਕੰਚ ਦਾ ਗਲਾਸ ਨਾਮ ਚ ਅਰ ਹੋਰ ਹੈ। ਹਾਂਜੀ ਸਵਾਲ ਇਸੇ ਨੂੰ ਪਾਇਆ ਵਾ, ਉਹ ਰੰਗ ਬਰੰਗਾ ਦੇਵਾਂਗੇ ਕੰਚ ਦਾ ਗਲਾਸ, ਜਿਹੜੇ ਤੇ ਫੁੱਲ ਜੇ ਲੱਗੇ ਹੋਏ ਹੁੰਦੇ ਪਹਿਲਾਂ, ਕੜਾਈ ਵਾਲਾ ਗਲਾਸ। ਠੀਕ ਹੈ ਜੀ, ਕੰਚ ਦਾ ਠੀਕ ਹੈ ਠੀਕ ਹੈ। ਨਹੀਂ ਹੱਕ ਵੀ ਬਣਦਾ ਜੀ, ਹੱਕ ਬਣਦਾ ਪੂਰਾ ਹੱਕ ਬਣਦਾ ਪੂਰਾ ਜੀ ਪੂਰਾ। ਠੀਕ ਹੈ ਜੀ, ਟਿੱਬੇ ਤਾਂ ਭਾਲੇ ਨੀ ਹੁੰਦੇ, ਜੇ ਲੋਕਾਂ ਨੇ ਟਿੱਬੇ ਰੁਕੇ ਤੇ ਤਾਂ ਅੱਜ ਟਿੱਬੇ ਮਿਲਦੇ ਨੀ। ਟਿੱਬੇ ਨੂੰ ਲੈਂਦੇ ਨੀ, ਤੇ ਅਲੱਗ ਨਾ ਲੈਂਦੀ ਨੀ, ਟਿੱਬੇ ਦੀ ਜ਼ਮੀਨ ਹੈ ਉਹ। ਅੱਜ ਜੇ ਟਿੱਬੇ ਲਏ ਹੋਏ ਹੁੰਦੇ ਤਾਂ ਆਪਣੇ ਟਿੱਬਿਆਂ ਦਾ ਸ਼ੌਨਾ ਬਣ ਜਾਂਦਾ, ਜਿੰਨੇ ਦੇ ਟਿੱਬਾ ਲੈਂਦੇ ਉਦੋਂ ਦੁੱਗਣੀ ਮਿੱਟੀ ਵਿਕ ਜਾਂਦੀ, ਮਿੱਟੀ ਵਿਕ ਜਾਂਦੀ। ਦਿਮਾਗ ਸਾਡੇ ਨੇ ਉਦੋਂ ਕੋਈ ਦਿਮਾਗ ਨੇ ਦਿਮਾਗ ਨੀ ਲੜਾਇਆ, ਲੱਖਾਂ ਦਾ ਪਤਾ ਸੀ ਮਿੱਟੀ ਦਾ ਮੁੱਲ ਪੈਣਾ। ਚਲੀਏ ਜੀ ਫਿਰ, ਕਹਾ ਆ ਜਾਓ ਸਾਰੇ ਕਿਤੇ ਘੁੰਮਣ ਮਿਲਦਾ ਦੇਖ ਲੈ। ਪ੍ਰਧਾਨ ਜੀ ਦੇਖ ਲੋ ਥੱਲੇ ਬੱਚਾ ਬਰਬਰੀ ਨਸਲ ਆ ਜੀ, ਏਡੀ ਕੀ ਰਹੂਗੀ ਕਹਿੰਦੇ, ਵੱਡਾ ਨੀ ਹੁੰਦੀ ਏਡਾ ਕੱਦ ਰਹਿਣਾ ਇਹਦਾ, ਇਹਦਾ ਬੱਚਾ ਗਾ ਇਹ। ਰੇਟ ਕਿੰਨਾ ਕਿਹਾ ਤੁਸੀਂ ਜੀ? 15,000 ਰੁਪਿਆ ਦੋਨਾਂ ਦਾ। ਤੂੰ ਇਹਦਾ ਸਟੋਪਰ ਹੈ, ਫਿਰ ਤੂੰ ਜਦ ਇਹਨੇ ਸੇਠ ਬੰਦਾ ਅਣਜਾਣ ਬੰਦਾ, ਤੂੰ ਪੱਕਾ ਬੰਦਾ, ਇਹਨੂੰ ਪੁੱਠੇ ਰਸਤੇ ਨਾ ਪਾਈਏ ਆਪਾਂ ਵਿਚਾਰੇ ਨੂੰ, ਚਲੋ ਦੇਖਦੇ ਹੋਰ ਦੇਖੂਗਾ ਤਾਂ ਉਹਦੀ ਸਲਾਹ ਨਾਲ ਚੱਲਣਾ ਪਊ ਤੈਨੂੰ। ਹਾਂ ਹਾਂ, ਸਟੋਪਰ ਨਾ ਬਣਿਆ ਕਰ, ਬਿਨਾਂ ਮਤ ਵਾਲਾ। ਮੈਨੂੰ ਸੋਹਣੀ ਲੱਗੀ, ਸੋਹਣਾ ਤਾਂ ਇੱਥੇ ਬਹੁਤ ਕੁਛ ਹੈ, ਕੱਲ ਨੂੰ ਕਹਿੰਦੇ ਨਾ ਕਿਸੇ ਦੀ ਫਲਾਨੀ ਚੀਜ਼ ਸੋਹਣੀ ਹੈ, ਦੇਖਣ ਦਾ ਖਾਬ ਨਹੀਂ, ਮੈਥੋਂ ਹੋਰ ਨਿਕਲ ਜੂਗਾ, ਨਵੇਂ ਘੇਰ ਲੂ ਤੈਨੂੰ, ਧਰਤੀ ਦੇ ਬਾਬਾ। ਅਸੀਂ ਖੇਡੀ ਜਾਂਦੇ ਹੋਰ, ਸਾਡਾ ਵੀ ਜੀ ਲੱਗਿਆ ਤੁਹਾਡੇ ਨਾਲ, ਸਹੀ ਗੱਲ ਆ ਬਿਲਕੁਲ ਜੀ ਬਿਲਕੁਲ। ਕਿਹੜਾ ਪਿੰਡ ਆਪਣਾ ਜੀ? ਪਿੰਡ ਚੱਕ ਫਤਿਹ। ਆਹ ਕੀ ਰੇਟ ਰੂਟਲਾ ਇਹਨਾਂ ਦਾ ਜੀ? ਉਹ ਕਿਹੜੀ ਨਸਲ ਆ? ਥੋੜੀ ਜਿਹੀ ਦੇਸੀ ਪੈਂਦੀ ਆ ਜੀ। ਇਹ ਕਿੰਨਾ ਮੰਗਿਆ ਤੁਸੀਂ?
ਬੋੜੀ ਦਾ ਕੀ ਕਰੇਗਾ ਜਿਦੋ ਰੋਟੀ ਨਾ ਖਾਧੀ ਗਈ। ਸਹੀ ਗੱਲ ਆ ਜੀ, ਬੋਲੀਆਂ ਗੱਲਾਂ ਖੜ ਜਾ ਬਾਈ, ਦੋ ਮਿੰਟ ਖੜ ਜਾ ਤੂੰ। ਬਾਬੂ ਜੀ ਆ ਦੇਖੀਏ ਬੱਚੇ, ਧਾਰ ਮਾਰ ਕੇ ਧਾਰ ਮਾਰ ਲਈ ਬਾਈ। ਉਮਰ ਤਾਂ ਜੀ ਇਹ ਅੱਧੀ ਆ ਆਪਣੇ ਹਾਣ ਦੀ, ਨਾ ਬੁੜੀ ਨਾ ਕੁੜੀ। ਗੁੱਡੀਆ ਘੱਟ ਆਉਂਦਾ ਕਿ ਜੋ ਵੱਧ ਆਉਂਦਾ? ਨਹੀਂ ਜੀ ਨਹੀਂ, ਇਹਦੇ ਚੋਂ ਵੱਧ ਆਇਆ। ਸਹੀ ਹੈ ਜੀ ਅੱਜ ਦੀ ਕੜੀ। ਠੀਕ ਹੈ ਫਿਰ, ਵੱਡੀ ਗੱਡੀ 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 ਲਿਓਟਾ ਠੁਕਮਾ ਨਾਲ ਬਾਲਾ ਲੰਬਾ ਨਾ ਟੁੱਟਮਾ। ਠੀਕ ਹੈ, ਮੋਟੇ ਥਣ ਦੀ ਹੈ, ਸਿੰਗੀ ਥਣੀ ਬੱਕਰੀ ਹੈ, ਠੁਕਮੇ ਝੱਡੇ ਦੀ ਹੈ। ਠੀਕ ਹੈ, ਨਾਗਰੀ ਪੀਤਲ ਜਾਤ ਦੀ ਹੈ, ਦੋ ਬੱਚੇ ਨੇ ਤੇ ਚਿੱਟੀ ਅੱਖ ਹੈ, ਨਕੌੜ ਨਕੂੜ ਬਹੁਤ ਵਧੀਆ ਇਸ ਦਾ, ਆਹ ਦੇਖ ਲਓ, ਤੇ ਕੰਨ ਵੀ ਵਧੀਆ ਨੇ, ਸਿੰਗੀ ਵੀ ਠੀਕ ਹੈ, ਕੋਈ ਹਲਦੀ ਨਹੀਂ। ਲੈਣੀ ਲਵਾਉਣੀ ਤੁਹਾਡੀ ਮਰਜ਼ੀ, ਪੈਸੇ ਤਾਂ ਮਾਲਕ ਆ ਬੈਗ ਵਾਲੇ ਦੀ ਆ, ਪਤਾ ਨਹੀਂ ਕੀ ਮੰਗੂ, ਆਪਾਂ ਪੁੱਛਾਂਗੇ। ਚੌਧਰੀ ਕੀ ਮੰਗਦੇ ਹੋ? 27,000 ਰੁਪਏ। 27,000 ਮੰਗਦਾ ਜੀ। ਹੁਣ ਮੈਨੂੰ ਤੁਸੀਂ ਦੱਸੋ ਕੰਨ ਵਿੱਚ ਵੀ ਕੀ ਕੁਛ ਕਹੀਏ ਜਾਂ ਨਹੀਂ ਕਹੀਏ, ਵੀ ਤੁਹਾਡੇ ਪਸੰਦ ਹੈ ਜਾਂ ਨਹੀਂ ਪਸੰਦ ਹੈ। ਸਤਨਾਮ ਕਿਹੜਾ ਪਿੰਡ ਆ ਬਈ? ਬਾਊ ਦੇ ਨਾਲ ਹੀ ਆਏ ਹੋ? ਹਾਂਜੀ ਹਾਂਜੀ। ਸਪੈਸ਼ਲ ਖਰੀਦੀ ਆ ਪਰ ਬੱਕਰੀ? ਹਾਂ ਬਾਊ ਜੀ, 4 ਕਿਲੋ ਵਾਲੀ ਦੀ ਫਿਰ ਹੈਗੀ ਉਰੇ। ਹੈਗੀ ਆ 4 ਕਿਲੋ ਵਾਲੀ ਮੇਰੀ। ਆ ਜਾ ਜੀ, ਜੇ ਅੱਜ ਤਾਂ ਦੇ ਦੂੰ, ਕੱਲ ਨੂੰ ਜਾ ਕੇ ਤੇਰੇ ਨਾਂ ਦਿੱਤਾ ਤੂੰ ਮੈਨੂੰ ਗਾਲਾਂ ਕੱਢੇਗਾ। ਓਏ ਆ ਜਾ, ਹੈਗੀ ਆ। ਉਹ ਗਾਰੰਟੀ ਫਿਰ ਉਹ ਦੇ ਕੇ ਤੋਰੂ, ਮੈਂ ਤਾਂ ਬੱਕਰੀ ਦਵਾ ਕੇ ਤੋਰੂ, ਗਾਰੰਟੀ ਨਹੀਂ ਦੇਣੀ। ਆ ਜਾ, ਕਿਉਂ ਮੈਂ ਕੱਚੀਆਂ ਗੱਲਾਂ ਵਾਲਾ ਦਲਾਲ ਨਹੀਂ ਹੈਗਾ। ਆ ਜਾ ਆ ਜਾ, ਉਹ ਕੰਮ ਵਾਲਾ ਨੀ ਹੈਗਾ, ਕੱਚੀਆਂ ਗੱਲਾਂ। ਹੋਰੀ ਤੁਹਾਡੀ ਨਾਲ ਭੋਰ ਗਈ ਪਤਾਸੇ ਨੱਕ ਨਾਲ ਗੱਲ ਕਰ ਗਈ, ਉਹ ਗੱਲਾਂ ਵਾਲਾ ਨੀ ਮੈਂ। ਲੈ ਦੇਖ, ਸਾਰਿਆਂ ਦੇ ਸਾਹਮਣੇ ਮੇਮਣੀ ਚੰਗਾਈ ਆ। ਕਿੰਨੇ ਟਾਈਮ ਦੀ ਮੇਮਣੀ ਹੈ? ਮੇਮਣੀ ਅਜੇ ਪਰਸੋਂ ਸੂਈ ਆ ਬਾਈ, ਇੱਕ ਦਿਨ ਆ। ਬੱਕਰੀਆਂ ਇੱਧਰ ਕਰ, ਚੱਲ ਚੱਲ ਠੀਕ ਆ, ਫੜ ਲੈ। ਨਹੀਂ ਫੜਨੀ ਤਾਂ ਕਿਉਂ ਆ ਜੀ, ਅਸੀਂ ਤਾਂ ਚੰਗਾਈ ਜਾਂਦੇ ਹੁੰਦੇ ਆ, ਹੁਣੀ 2 ਮਿੰਟ ਪਹਿਲਾਂ ਚੰਗਾ ਕੇ ਹਟਿਆ। ਰਾਜੂ ਲਾਈ ਬਾਈ, ਥੋੜੀ ਬਹੁਤ ਬੱਕਰੀ ਇਹਦੇ ਵਿੱਚ ਦੀ ਚੁੰਗੀ ਜਾਂਦੀ ਆ, ਇਹਦਾ ਬਿਜਲੀ ਵੀ ਚੁੰਗੀ ਜਾਂਦੀ ਆ। ਉਹ ਸਾਨੂੰ ਹਿਸਾਬ ਨਹੀਂ ਨਾ, ਸਾਨੂੰ ਤਾਂ ਹਿਸਾਬ ਆ ਜੀ। ਕੀ ਮੰਗਿਆ ਮੈਂ ਤੇਰਾ? ਕਿਹਦਾ? ਇਹਦਾ ਬੱਕਰੀ ਦਾ। ਹੋ ਗਈ ਦਾ ਇਹਦਾ 30,000 ਰੁਪਏ ਆ ਜੀ। ਰਾਜੂ 30,000 ਤੇ ਮੰਗਿਆ ਆ ਜਿਹੜਾ ਧਾਨਾ ਜੀ, ਕੁਛ ਵੀ ਮੰਗੇ, 3 ਕਿਲੋ ਦੁੱਧ ਵੀ ਦੇ ਰਿਹਾ ਅਗਲਾ।
बाकी चुगती है मेवनी हुण लईए जनाब हुण तां असीं कैमरे भी कस ले बिकूगा लाल चूड़ियां हरियां चूड़ियां साड़ियां बिकणगियां ए कोई गल नहीं फर्ज आ जी पुछ अगला लवे ना लवे दुकान ते अगला खड़न देवे ना देवे तो मर्जी है इक ते काली रंग दी बकरी भी है ओहो ओ कमें ओ आती जी आहा जी हां लाओ जी इदा की गल बात है ए 55000 रुपया जी सोन वाली है ए 55000 एक गल रे बकर मली पड़ा लाओ सौदे हो रहे ए नस्ल है जी पाकिस्तानी जिन्हों कहते ने चीज आ सिंगी पतली दी मुड़मी सिंगी दी ते नकौड़ा चकमा मत्था ऊंचा ते थल्लो भुल बादमा पाकिस्तानी हो गया है हां जी ए चल मैं गल कट रहा हां विच जे 100 बकरी आऊ ता इक्के आऊ इक्का आऊ जे 100 बकरी मंडी च आऊ ता इक्के बकरी आऊगी नहीं आउंदी नहीं ये क्वाल के मिलती है नहीं ते छाती चौड़ी है घरों लेंदी है ता तरसेम अपने ये सरकार अपना संगरूर डिस्ट्रिक्ट है भाई नहीं नहीं गब्बना का सुई है गब्बना जी गब्बना कितने टाइम दी एदा मीना करांदा जी सुन दा करान तंदा दा हलदा ही नहींगा प्रधान जी तुसी भी इधर अंदर आ जाओ साइड धरती दा कोई नहीं थन थन देख के नहीं कोई नहीं हो जाओ कहां सामने आ जाओ हां ना बना दी अपनी फुल गारंटी अब परे करियो भाई इनू बकरी नु तार मार लियो जी मारो जी मारो 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 ओके आ शौक दा मुल नहीं कोई बाबू जी चलो आओ मड़ जोरों अंकल जी हो
ਹੋ ਠੀਕ ਹੋ ਜੀ? ਫਿਰ ਮੇਲੇ ਤੇ ਜੁੱਤੀਆਂ ਜੋੜੇ ਲੈ ਆਏ ਹੋ? ਹਾਂ ਜੀ ਹਾਂ ਜੀ। ਕੀ ਰੇਟ ਰੂਟ ਆ ਬਾਬੂ? ਦੇਖੋ ਦੇਖਾ ਜੀ ਤੁਸੀਂ ਚਾਰ ਦੇਖੋ ਦੇਖਾ 400-500 ਹਜ਼ਾਰ ਦਾ 400-500 ਹਜ਼ਾਰ ਕਿਹੜੇ ਪਿੰਡੋਂ ਆ ਜੀ? ਇੱਥੋਂ ਤੋਂ ਗਾਲੀ ਤੋਂ ਇੱਧਰ ਨੇੜੇ ਤੇ ਝੱਡੇ ਪਿੰਡ ਵਾਲੇ ਪਾਸੇ ਵੀ ਜਾਂਦੇ ਹੁੰਦੇ ਹੋ? ਜਾਂਦੇ ਹੁੰਦੇ ਨਾ। ਤੁਸੀਂ ਪਿੰਡ ਆਇਓ ਕਦੇ? ਝੱਡੇ ਝੱਡੇ ਪਿੰਡ ਬਾਹਰ ਆ ਕਿਹੜਾ ਕਦੇ? ਵਾਧੂ 50 ਸਾਲ ਹੋ ਗਏ ਜੀ। ਅੱਛਾ ਠੀਕ ਆ। ਅੱਜ ਅਸੀਂ ਮੇਲਾ ਦੇਖਣੇ ਆ, ਮੈਂ ਦੇਖ ਆਈਏ ਨਾਲੇ ਨਾ ਇੱਥੇ ਵੀ ਤੁਹਾਨੂੰ ਦੇ ਲਵਾਂ, ਤੁਹਾਡੇ ਕੋਲੇ ਵੀ ਆ ਜਾਈਏ। ਜੁੱਤੀਆਂ ਜੋੜੇ ਘੈਂਟ ਆ ਤੁਹਾਡੇ ਲਵੇ? ਹਾਂਜੀ ਵਧੀਆ। ਤੇ ਆਪਣੇ ਵਾਸਤੇ ਕੀ ਰੇਟ ਦਾ ਜੋੜਾ ਜੀ? ਦੇਖੋ ਦੇਖੋ ਤੁਸੀਂ ਜੇ ਪਸੰਦ ਕਰੋਗੇ ਉਹਦਾ ਰੇਟ ਹੋਊਗਾ। ਮੈਨੂੰ ਡਿਸਕਾਊਂਟ ਦੇਵੋਗੇ? ਸ਼ੇਰਵਾਨੀ ਵਾਲਾ ਇੱਕ ਕੁੜਤੇ ਪਿਆ ਮੈਡਮ ਰਾਤ ਨੂੰ ਜਾਗੋ ਤੇ ਪਾਉਣ ਮੁੰਡੇ ਨੇ। ਠੀਕ ਆ, ਬਸ ਆ ਕੇ ਤੁਹਾਡੇ ਲਵੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕਿਹੜਾ ਪਿੰਡ ਆ ਤੁਹਾਡਾ? ਆਪਣਾ ਸੇਖਾ ਕਲਾ ਜੀ। ਸੇਖਾ ਕਲਾ ਬਾਈ, ਬੱਕਰੀਆਂ ਲੈ ਕੇ ਆਏ ਹੋ? ਹਾਂਜੀ ਹਾਂ, ਵੀ ਆ ਹੈਗੇ 4-5 ਨਗ। ਵੇਚਣ ਵਾਸਤੇ ਬਾਈ? ਇਹ ਵੇਚਣ ਵਾਸਤੇ ਆ ਜੀ। ਤੇ ਬਾਈ ਕਿਹੜੀ ਨਸਲ ਆ? ਇਹ ਬੀਟਲ ਆ ਜੀ। ਅੱਛਾ, ਤੇ ਆਹ? ਇਹ ਵੀ ਬੀਟਲ ਹੀ ਹੈ। ਉਹ ਜਵਾਕ? ਇਹ ਬਰਬਰੀ ਹੈ। ਇਹ ਬਰਬਰੀ ਹੈ? ਇਹਦਾ ਕੱਦ ਐਡੀ ਨਹੀਂ ਬਰਬਰੀ ਦਾ ਬਾਈ? ਇਹਦਾ ਕੱਦ ਐਡਾ ਹੀ, ਥੋੜਾ ਵੱਧ ਜਾਂਦਾ ਹੈ। ਅੱਛਾ, ਇਹ ਤਾਂ ਛੋਟੀ ਹੈ। ਤੇ ਦੁੱਧ ਤੇ ਕਿੰਨਾ ਦੇ ਦਿੰਦੀਆਂ ਇਹ? ਦੁੱਧ ਤੋਂ ਬੱਚੇ ਪਾਲ ਜੇ ਇੰਨੇ ਬਹੁਤ ਭਰਾਵਾ। ਅੱਛਾ ਬਸ ਠੀਕ ਹੈ, ਵੀ ਇਹ ਸ਼ੌਕ ਨੂੰ ਹੁੰਦੀ ਆ ਘਰੇ ਬਸ? ਸ਼ੌਕ ਨੂੰ। ਤੇ ਕੀ ਰੇਟ ਆ ਬਈ ਇਹਨਾਂ ਦੇ? ਇਹਨਾਂ ਦਾ ਰੇਟ ਹੈਗਾ ਜੀ, ਇੱਕ ਦਾ 15,000, ਇੱਕ ਦਾ 13,000। ਠੀਕ ਹੈ। ਤੇ ਬਈ ਆਹ ਜਿਹੜਾ ਆਹ ਬੱਚਾ ਗਾ ਇਹ? ਹਾਂਜੀ। ਇਹ ਵੀ ਸੇਲ ਆ? ਇਹ ਵੀ ਸੇਲ ਆ। ਇਹ ਕੀ ਰੇਟ ਆ ਬਾਈ? ਇਹਦਾ ਹੈਗਾ 4,500 ਰੁਪਇਆ। 4,500 ਰੁਪਇਆ। ਕਿਹੜੀ ਨਸਲ ਆ ਬਾਈ ਇਹ? ਇਹ ਆਮ ਯਾਰ, ਜਿਹੜਾ ਪੈਸ ਤੇ ਕਹਿੰਦੇ ਨੇ ਆਪਾਂ ਕਲਚਰ ਪਾਉਮ ਜੀ। ਅੱਛਾ ਕਲਚਰ ਪਾਉਮ ਆ ਇਹ। ਠੀਕ ਆ, 4,500 ਰੁਪਇਆ। ਪੁੱਛਦੀ ਆਈ ਰਹਿਣੀ ਉੱਤੇ ਹੀ। ਠੀਕ ਆ ਬਾਈ, ਆਪਣਾ ਨਾਂ ਦੱਸ ਦਿਓ ਕਿਹੜਾ? ਆਪਣਾ ਨਾਂ ਜਸਕਰਨ ਸਿੰਘ ਆ ਜੀ, ਪਿੰਡ ਸੇਖਾ ਕਲਾਂ। ਤੇ ਨੰਬਰ ਬੋਲਦੇ ਆਪਣਾ ਜੀ? 9154-9978-43। ਠੀਕ ਆ ਬਾਈ, ਜੇ ਕਿਸੇ ਨੇ ਬੱਕਰੀਆਂ ਜਾਂ ਕਤੂਰਾ ਲੈਣਾ, ਕੁਛ ਵੀ ਲੈਣਾ, ਕੰਟੈਕਟ ਜ਼ਰੂਰ ਕਰਿਓ ਬਾਈ ਜੀ ਫਿਰ। ਠੀਕ ਆ, ਵੀਡੀਓ ਸਾਰੀ ਜ਼ਰੂਰ ਦੇਖਿਓ। ਓਕੇ ਬਾਈ, ਥੈਂਕ ਯੂ, ਧੰਨਵਾਦ। ਓਕੇ ਜੀ ਓਕੇ। ਪੱਤ ਯਾਰ ਇਹਦਾ ਕਿੰਨਾ ਜੀ? ਇਹਦਾ 14,000 ਇਹ ਲੈਣੀ ਆ ਕੋਈ ਬੱਕਰੀ ਬੁੱਕਰੀ? ਮੇਲਾ ਦੇਖਣੇ ਆ। ਕਿਹੜੇ ਪਿੰਡੋਂ ਆਇਆ ਜੀ? ਮਹਿਰਾਜ ਤੋਂ। ਚਲੋ ਕੋਈ ਨੀ, ਦੇਖੋ ਮੇਲਾ ਹੈ, ਪਾਵਾਂਗੇ ਬੁੜੀ, ਤੁਸੀਂ ਵੀ ਦੇਖ ਲੈ। ਖੁੰਡਾ ਪੰਜਾਬ ਦੇ ਚੈਨਲ ਤੇ ਪਾਵਾਂਗੇ ਆਪਾਂ। ਬਾਈ ਜੀ ਨੇ ਆਪਾਂ ਇੱਕ ਵਾਰੀ ਸਵਾਲ ਪੁੱਛਣਾ ਬਾਈ ਨੂੰ। ਇੱਕ ਬਾਈ ਜਿਹੜਾ ਮੁੱਛਾਂ ਝੜਦੇ ਆ, ਕਹਿੰਦੇ ਮੁੱਛਾਂ ਦੇ ਵਾਲ ਝੜ ਜਾਂਦੇ ਆ, ਤੇ ਉਹਦਾ ਕੋਈ ਹੱਲ ਹੈਗਾ ਆਪਣੇ ਲਵੇ? ਹਾਂਜੀ, ਝੜਦੇ ਨੀ, ਕਹਿੰਦੇ ਨੇ ਕਰੀਮਾਂ ਨਾਲ ਵਾਲ ਝੜਦੇ ਆ ਜਾਂ ਬੰਨ ਖਰਾਬ ਹੋ ਜਾਂਦੇ ਆ, ਝੜ ਜਾਂਦੇ ਆ ਵਾਲ। 100% ਗਾਰੰਟੀ ਹੈ ਜੀ, ਜਮਾਂ ਨਹੀਂ ਝੜਦੇ ਝੜਦੇ ਜਿਹੜੀਆਂ ਆਪਾਂ ਬਣਾ ਕੇ ਕਰੀਮਾਂ ਲਾਉਂਦੇ। ਬਾਈ ਕਿਆ ਬਾਤ ਆ, ਸਿਰਫ 100 ਰੁਪਇਆ ਲੋਕਾਂ ਦਾ ਰੇਟ, 4-4, 5-5 ਸਵਾ। ਠੀਕ ਆ, ਸਿਰਫ 100 ਰੁਪਇਆ, ਫੁੱਲ ਗਰੰਟੀ ਆ ਵੀ ਇੱਕ ਮਹੀਨੇ ਦੀ ਮੁੱਛਦਾ ਵਾਲਾ ਇੱਧਰ ਤੋਂ ਉੱਧਰ ਨਹੀਂ ਹੁੰਦਾ, ਨਾ ਹੀ ਝੜੇ। ਠੀਕ ਆ, ਢੱਡੇ ਪਿੰਟਾ ਹੇਅਰ ਸਲੂਨ। ਬਾਈ ਦਾ ਨੰਬਰ ਬੋਲਿਓ ਬਾਈ ਆਪਦਾ। 9564-46973 ਨੰਬਰ ਆ ਬਾਈ ਦਾ, ਨਾਮ ਆ ਸੁਖਦੇਵ ਸਿੰਘ, ਸਲੂਨ ਦਾ ਨਾਮ ਆ ਜੀ ਕੇ ਹੇਅਰ ਸਲੂਨ ਢੱਡੇ। ਵਿਜ਼ਿਟ ਜ਼ਰੂਰ ਕਰਿਓ ਬਾਈ। ਠੀਕ ਆ, ਬਾਈ ਨੂੰ ਅੱਜ ਮੇਲਾ ਦਿਖਾਈਏ ਬੱਕਰੀਆਂ ਦਾ। ਬਾਈ ਨੇ ਲੈਣੀ ਆ, ਕਹਿੰਦਾ ਸ਼ੌਂਕ ਨਾਲ ਘਰੇ ਰੱਖਣੇ, ਚੰਗੀ ਹੁੰਦੀ ਆ, ਦੁੱਧ ਚੰਗਾ ਹੁੰਦਾ, ਕਹਿੰਦੇ ਸੈੱਲ ਸੁੱਲ ਪੂਰੇ ਕਰ ਦਿੰਦੀ ਆ।